ਜੀ ਗਾਇਸ ਗੁੱਡ ਮੋਰਨਿੰਗ। ਅੱਜ ਅਸੀਂ ਆਪਣੇ ਨਵੇਂ ਵਲੋਗ ਦਾ ਨਵਾਂ ਦਿਨ ਅਤੇ ਆਪਾਂ ਸਵੇਰੇ ਸਵੇਰੇ ਉੱਠ ਚੁੱਕੇ ਹਾਂ। ਅੱਗੇ ਨਹੀਂ ਰਹੇ ਅਤੇ ਹੁਣ ਆਪਾਂ ਚੱਲ ਵੀ ਚੰਗਾ ਪਾਏ। ਬ੍ਰੈਡ, ਪੀਨਟ ਬਟਰ ਅਤੇ ਸ਼ੇਕ ਪੀ ਲੱਗੀ ਹੈ। ਖਾ ਪੀ ਕੇ ਫਿਰ ਚੱਲਦੇ ਕੰਮ 'ਤੇ। ਠੀਕ ਹੈ, ਚੰਗਾ। ਹਾਂਜੀ ਗਾਇਸ, ਫਿਰ ਹੁਣ ਆਪਾਂ ਫਿਰ ਦੁਬਾਰਾ ਕੰਮ 'ਤੇ, ਮਤਲਬ ਰੋਟੀ ਰੋਟੀ ਪੈਕ ਕਰਨ 'ਚ ਚਾਹ ਪੀ ਕੇ ਅਗਲੇ ਕੰਮ 'ਤੇ ਜਾਵਾਂਗੇ। ਹੁਣ ਆਪਾਂ ਘਾਹ ਪੱਟ ਕੇ ਹਟੇ ਹਾਂ। ਠੀਕ ਹੈ, ਸੂਰਜ ਦੇਖੋ ਚੜ ਚੁੱਕਾ ਹੈ, ਚਾਨਣਾ ਹੋ ਚੁੱਕਾ ਹੈ। ਮੈਂ ਬਹੁਤ ਖੁਸ਼ ਹਾਂ ਅਤੇ ਮੇਰੀ ਜਿਹੜੀ ਵੀਡੀਓ, ਆਪਣੀ ਸ਼ਾਇਰੀਆਂ ਵਾਲੀ ਵੀਡੀਓ ਸੀ, ਉਹਨੂੰ ਲਗਭਗ 4.7K ਵਿਊਜ਼ ਆ ਚੁੱਕੇ ਨੇ ਅਤੇ ਉਹਨੂੰ ਹੌਲੀ ਹੌਲੀ ਮੇਰੇ ਹਿਸਾਬ ਨਾਲ 15-20K ਤਾਂ ਜਾਊਗੇ। ਅਤੇ ਬਾਕੀ ਆਪਣਾ 100 ਪੁਸ਼ਅਪ ਵਾਲਾ ਚੈਲੇਂਜ ਵੀ ਰੈਗੂਲਰਲੀ ਚੱਲਦਾ ਪਿਆ ਕੰਟੀਨਿਊਸਲੀ। ਉਸ ਤੋਂ ਬਾਅਦ ਆਪਾਂ 75 ਹਾਰਡ ਚੈਲੇਂਜ ਵੀ ਕਰਾਂਗੇ ਅਤੇ ਸਹੀ ਹੈ। ਬਾਕੀ ਚਲੋ ਗਾਇਸ, ਹੁਣ ਮਿਲਦੇ ਹਾਂ ਜਾ ਕੇ, ਪਹੁੰਚ ਕੇ ਰੋਟੀ ਰੋਟੀ ਪੈਕ ਕਰ ਲਈਏ, ਹੁਣ ਆਪਾਂ ਚਲੀਏ। ਚੰਗਾ, ਬਾਏ। ਹੁਣ ਆਪਣਾ ਰੋਟੀ ਖਾਣ ਦਾ ਟਾਈਮ ਹੋ ਗਿਆ ਦੁਪਹਿਰ ਦਾ ਅਤੇ ਰੋਟੀ ਵੀ ਤਿਆਰ ਆ, ਦਹੀਂ ਵੀ ਲਿਆਉਂਦਾ ਆਪਣਾ ਅਤੇ ਨਾਲ ਰਾਮਾ ਤੋਰੀਆਂ ਚਾਚੇ ਨੇ ਬਣਾਈਆਂ। ਆਪਾਂ ਚਾਚੇ ਤੋਂ ਸਬਜ਼ੀ ਲੈਣੀ ਅੱਜ, ਅਤੇ ਆਪਾਂ ਸਬਜ਼ੀ ਨਹੀਂ ਬਣਾਈ ਸੀ ਤਾਂ ਕਰਕੇ ਕਾਫੀ ਪੈ ਗਿਆ। ਚਲੋ ਹੁਣ ਖਾਈਏ, ਫਿਰ ਮਿਲਦੇ ਤੁਹਾਨੂੰ ਬਾਅਦ 'ਚੋਂ। ਚੰਗਾ। ਹਾਂਜੀ ਗਾਇਸ, ਫਿਰ ਅੱਜ ਆਪਣੇ ਇੰਕਰੀਜ਼ 1 ਪੁਸ਼ਅਪ ਐਵਰੀ ਡੇ ਦਾ ਚੌਥਾ ਦਿਨ ਅਤੇ ਅੱਜ ਆਪਾਂ ਫਿਰ 4 ਪੁਸ਼ਅਪ ਲਾਵਾਂਗੇ। ਚਲੋ ਗਾਇਸ, ਲਾਈਏ ਫਿਰ ਸੋਈਏ, ਰੈਸਟ ਟਾਈਮ ਘੱਟ ਬਹੁਤ ਆਪਣੇ ਕੋਲ। ਗਾਇਸ, ਆਪਣੇ ਹੋ ਗਏ 4 ਪੁਸ਼ਅਪ, ਇੱਦੀ ਆਪਾਂ 100 ਦਿਨ ਤੱਕ ਕੰਟੀਨਿਊ ਕਰਾਂਗੇ। ਚਲੋ ਮਿਲਦੇ ਤੁਹਾਨੂੰ ਬਾਅਦ 'ਚੋਂ, ਬਾਏ ਬਾਏ। ਹਾਂਜੀ ਗਾਇਸ, ਹੁਣ ਆਪਾਂ ਨੂੰ 7:15 ਹੋ ਗਏ ਨੇ ਕੰਮ 'ਤੇ ਅਤੇ ਅੱਜ ਓਵਰ ਟਾਈਮ ਲੱਗੇਗਾ ਅਤੇ ਆਪਾਂ ਨੂੰ 8:30-9 ਵੱਜ ਜਾਣਗੇ ਘਰ ਜਾਂਦਿਆਂ ਨੂੰ। ਫਿਰ ਜਾ ਕੇ ਰੋਟੀ ਰੋਟੀ ਬਣਾ ਕੇ ਕੰਮ ਕੁੰਮ ਕਰਕੇ ਲਗਭਗ 10-10:30 ਵਜੇ ਵਿਹਲੇ ਹੋਵਾਂਗੇ ਸੌਣ ਨੂੰ। ਫਿਰ ਥਕਾਵਟ ਇੰਨੀ ਹੋ ਜਾਂਦੀ ਕਿਸੇ ਤਾਂ ਸੋ ਜਾਈਏ। ਦੇਖੋ ਬਾਕੀ ਹੁਣ ਘਰ ਜਾ ਕੇ ਕੀ ਹੁੰਦਾ। ਆਕਾਸ਼ ਕੀ ਵੀ ਤਿਆਰੀ ਕਰਦਾ ਆਪਣੇ ਖਾਣ ਪੀਣ ਨੂੰ ਬਣਾਉਣ ਨੂੰ, ਬਾਕੀ ਦੇਖਦੇ ਹਾਂ। ਠੀਕ ਹੈ, ਚਲੋ। ਠੀਕ ਹੈ, ਮੈਂ ਨਹਾ ਨੂੰ ਕਿ ਆ ਗਿਆ ਸੀ ਹੁਣ। ਫਿਰ ਆਪਾਂ ਹੁਣ ਸਬਜ਼ੀ ਤਿਆਰ, ਦਹੀਂ ਵੀ ਤਿਆਰ, ਖੰਡੀ ਵੀ ਤਿਆਰ ਅਤੇ ਆਪਾਂ ਨੂੰ ਰੋਟੀ ਖਾਈਏ। ਬਾਅਦ 'ਚ ਮਿਲਦੇ ਤੁਹਾਨੂੰ, ਮਤਲਬ ਬਾਅਦ 'ਚ ਕੀ ਮਿਲਣਾ। ਹੁਣ ਇਹਦੇ ਨਾਲ ਹੀ ਆਪਾਂ ਵਲੌਗ ਐਂਡ ਕਰਦੇ ਹਾਂ। ਮਿਲਦੇ ਤੁਹਾਨੂੰ ਕੱਲ੍ਹ ਨਵੀਂ ਵੀਡੀਓ 'ਚ। ਚੰਗਾ, ਬਾਏ ਬਾਏ, ਗੁੱਡ ਨਾਈਟ।